आए काटो यार भाई, आज तो चाय चाय खानी है। आए वे चाय जाना, समझिया करो समझिया करो। काट है फतुआ चाय काटो। की चीज है? पापड़। वाह क्या पापड़ डाला। आए आए मजे मजे। मैं भी जो जन्ना हटिंग करता पे दुखी है मेरी। माशाल्लाह एक चलती है एक नहीं चलती। आ जन्ना आ साइड चलती है ते आ साइड जन्ना चलती है। नहीं 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 यार पा आ नहीं मैं खाना। आए नहीं यार ठीक नु चंगी चुनमी शैब खा जिड़ी चंगा। आए ओए बर्फी हां मजे। आओ तुम भी खाने को बे। हां अगर को मौका दो दम भी खा सा। नहीं दमी और दमी ना दमी नहीं बड़ी चीज है। मैं बड़ा हंस रहा कि मेरे बाल बड़े चंगे लग रहे हैं। चलो ठीक है। अस्सलाम वालेकुम। की हाल है जी का? मैं आपका मेजबान अनिल अली आदम। लोग चैट में इस तरह वीडियो जी लेके शेयर एंड लाइक एंड सब्सक्राइब जो करना। थोड़ी जेंडा मेरी लैंग्वेज गलत हो गई है तो माजरत। तो आ जाना बर्फी भाई जान ने दी है तो वो कुकम वुक भी खाने हैं। तो ये जाना पहले मैं बर्फी खा लेना। तो आओ तुम भी बिस्मिल्लाह खानी हो। रात है मैं क्यों वीडियो स्टार्ट कर रहा क्योंकि जाना परसों मेरी वीडियो नहीं आ रही तो इसलिए जाना मैं आज रात टाइम वीडियो स्टार्ट करता पे। हाँ वाह तेरे को भी है। कोकोमो मुझे भी दो। कोकोमो मुझे भी दो। खोल खानी कोनी। कोकोमो मुझे भी दो यार। पाल ली मुड़ बाद बिच पहले साडा दिल तो पाल ला। तक तक कर रहा है कोकोमो वास्ते। कड़मे 5 रुपये लेंदे ने देंदे तीन बिच जिन्ना आ चीजा ने वेख लो इनकी शक्ल भी बनी होंगी है। मोटू की शक्ल बनी है। चल अंदर मजे। मजे। वो लड़ाई पै जानी है। लड़ाई पै जानी। ओए ओए कोई नहीं यार असल में ना साडा बल्ब कोई नहीं। दो तीन दे हो गए ने तो मैं कैमरा बंद किया लाइट बंद की है। तो भाई जान मैं क्या तो भाई जान चीका पै गई ने इदा ही है ना। हाँ वेलो लम्मा पै गया। हैलो हैलो रोशनी हो गई। ठीक हो असल कैम जिस टाइम लाइट लूट नहीं ना होंगी तो कुछ चीज ਤੁਸੀਂ ਅੰਦਰ ਵੜਦੇ ਹੋ ਕਮਰੇ ਦੇ ਵਿੱਚ ਫਿਰ ਖੌਫ ਹੁੰਦਾ ਇੱਕ ਸਾਹਿਬ ਦਾ ਕਿ ਇੱਥੋਂ ਪਤਾ ਨਹੀਂ ਕੀ ਚੀਜ਼ ਨਿਕਲਣੀ ਹੈ। ਇੱਦਾਂ ਕਰਕੇ ਜਿਹੜਾ ਬਾਈ ਜਾਨ ਡਰ ਗਏ ਨੇ ਜੋ ਮੇਰੀ ਲੁਪੀਆਂ ਨਾ ਖਰਾਬ ਕਰ ਰਿਹਾ। 2.5 ਲੱਖ ਦੀਆਂ ਲੁਪੀਆਂ ਲਈਆਂ ਨੇ ਉਹ ਜਿਹੜੇ ਮਾਂ ਤੈਨੂੰ ਗਿਫਟ ਦਿੱਤਾ ਗਿਫਟ ਗਿਫਟ ਉਹ ਜਿਹੜਾ ਮੈਂ ਉਹ ਉੱਥੇ ਰੱਖਿਆ ਹੋਇਆ ਗਿਫਟ ਲੁਕਾ ਕੇ ਬਾਈ ਜਾਨ ਦਾ। ਗੁੱਡ ਮਾਰਨਿੰਗ ਸਾਰਿਆਂ ਨੂੰ। ਤੇ ਸਕੂਟਰ ਜਿਹੜਾ ਖਰਾਬ ਹੋਇਆ ਪਿਆ ਸੀ ਨਾ ਤੇ ਆ ਚੈੱਕ ਕਰਨ ਜਿਹੜਾ ਚਿਮਟਾ ਲਾਇਆ ਸੀ ਨਾ ਉਹ ਚਿਮਟਾ 2 ਦਿਨ ਦੇ ਹੋ ਗਏ ਨੇ ਕੋਈ ਨਹੀਂ ਪਾਇਆ ਕਿਉਂਕਿ ਜਾਣਾ ਟਾਈਮ ਹੀ ਲੱਗਾ ਇੱਕ ਹਿਸਾਬ ਦਾ। ਇਹਦੇ 100 ਰੁਪਿਆ ਸਿਰਫ ਹੋਰ ਲੱਗਣਾ ਉਹ ਬਸ ਪੈਂਪ ਲਿਆਉਣਾ ਪਾ ਕੇ ਤੇ ਫਿਰ ਸਕੂਟਰ ਸਹੀ ਦਾ ਸਹੀ। ਤੇ ਬਾਈ ਜਾਨ ਜਿਹੜਾ ਚੱਕਾ ਖੁੱਲਦੇ ਪਏ ਨੇ ਆ ਜਿਹੜਾ ਖੁੱਲ ਗਏ ਨਹੀਂ ਚੱਲਾ। ਓਹੋ ਇਹ ਸਲਿੱਪ ਕੀਤੀ ਖਲੋਤਾ ਇਹ ਕਾਬਲਾ ਜਿਹੜਾ ਬੜਾ ਜੰਗਾਲ ਹੀ ਲੱਗੀ ਪਈ ਹੈ। ਬੜੀ ਪੁਰਾਣੀ ਸਕੂਟਰੀ ਹੈ ਮੈਂ ਨਾ ਇੰਨੀ ਪੁਰਾਣੀ ਸਕੂਟਰੀ ਹੈ ਛੱਡ ਗੱਲ ਦਿਓ ਕਿਉਂਕਿ ਜਾਣਾ ਇਹਦੀ ਹਰ ਚੀਜ਼ ਨਾ ਪੁਰਾਣੀ ਹੋ ਪਈ ਹੈ ਜੰਗਾਲ ਲੱਗੀ ਪਈ ਹੈ ਕਿਉਂਕਿ ਇਹਦਾ ਬਸ ਇੰਜਨ ਕੰਮ ਕਰਾਵਣ ਦਾ ਹੋਰ ਕੋਈ ਨਾ ਕਰਾਵਣ ਵਾਲਾ ਅਤੇ ਉਹ ਕਰਾ ਛੱਡਿਆ ਬਾਕੀ ਕੋਈ ਇਹਦਾ ਅਸੀਂ ਸਿਸਟਮ ਨਹੀਂ ਖੋਲਿਆ ਖੋਲਿਆ ਐਡੂ ਖਰਾਬ ਹੋਇਆ ਜਾਂਦਾ ਖਰਾਬ ਨਹੀਂ ਇਹ ਜੇ ਖੁੱਲ ਜਾਵੇ ਨਾ ਤਾਂ ਫਿਰ ਸਾਰਾ ਚੱਕਾ ਖੁੱਲ ਜਾਣਾ ਇਹਦਾ। ਇੱਧਰੋਂ ਜਾਣਾ 2-3 ਜਣੇ ਕਾਬਲੇ ਹਨ ਅਤੇ ਉਹ ਵੀ ਖੋਲ ਛੱਡੇ ਨੇ ਬਾਕੀ ਇੱਕ ਹੀ ਤਾਂ ਕੀਤੀ ਖਲੋਤਾ ਇਹਦਾ। ਓ ਵਾਹ ਕਿਆ ਬਾਤ ਹੈ ਬੋਨਸ ਕੀ ਕਿਆ ਬਾਤ ਹੈ ਖੋਲੀ ਗਈ ਇਹਦਾ। ਅਲਹਮਦੁਲਿਲਾ ਚੱਕਾ ਜਾਣਾ ਵੇਖ ਲਓ ਅਸੀਂ ਜਾਣਾ ਬਿਲਕੁਲ ਕੱਢ ਦਿੱਤਾ ਹੈ ਅਤੇ ਬਸ ਜਾਣਾ ਗਰਾਰੀ ਉਹ ਥੋੜ੍ਹੀ ਜਿਹੜੀ ਖਲੋਤੀ ਹੈ ਅਤੇ ਐਕਸਲ ਜਾਣਾ ਬਾਹਰ ਕੱਢ ਕੇ ਰੱਖ ਦਿੱਤਾ ਇਹਦਾ। बड़ी मुश्किल ना चक्का निकला है। क्या बात है निकल आया भी पता नहीं की बनया हा दा लेदर खराब हो गए ने पता नहीं की होया चक्का टुटदे ही ना पिया। हुन जे नाइन नु सेट करवाने आ दे ओ वे के फेर यो ओ जाम होया पिया हिलन दा नाम ही लेंदा पिया पता नहीं कोई विचू जना प्रॉब्लम बन गई होनी है। इनू इदां ही खिलारने आ फिर इनू जाने आ मिस्त्री को लेके ਨਹੀਂ ਪਹਿਲੇ ਇੱਥੇ ਜਾਣਾ ਆਪਣਾ ਵੇਖਦੇ ਹਾਂ ਕਿ ਸਾਡੇ ਕੋਲ ਸੈੱਟ ਹੁੰਦਾ ਨਹੀਂ ਤਾਂ ਫਿਰ ਮਿਸਤਰੀ ਸੈੱਟ ਕਰੇਗਾ।
ਕਾਰੀਗਰ ਜਿਹੜਾ ਅਸੀਂ ਮੰਗਵਾਇਆ ਦਾ ਕਿੱਥੋਂ ਤੁਰਕੀ ਦੇ ਵਿੱਚੋਂ ਅਤੇ ਉਹ ਜਿਹੜਾ ਵਹਿੰਦਾ ਪਿਆ ਉਹ ਆਉਂਦਾ ਕਿ ਮੇਰੇ ਤੋਂ ਕੰਮ ਬਾਹਰ ਹੋ ਗਿਆ ਨਾ ਅਤੇ ਫਿਰ ਤੁਸੀਂ ਆਪਣੇ ਮਿਸਤਰੀ ਕੋਲ ਲੈ ਜਾਇਆ ਇਸ ਲਈ ਜਿਹੜਾ ਕਰਦਾ ਕੋਸ਼ਿਸ਼ ਜ਼ੋਰ ਲਗਾ ਕੇ ਹੀ ਆ ਆ ਚੈੱਕ ਕਰੇ ਤੇਰਾ ਬਲਾ ਬਿਲਕੁਲ ਮੈਂ ਨਾ ਖਰਾਬ ਹੋਏ ਭੈਣੇ ਚੱਕੇ ਦਾ ਸਾਰਾ ਸਮਾਨ ਹੀ ਨਵਾਂ ਭੈਣ ਮਿਸਤਰੀ ਨੇ ਸਾਨੂੰ ਆਖ ਦਿੱਤਾ ਮਿਸਤਰੀ ਤੁਰਕੀ ਵਾਲੇ ਓਹੋ ਇਹ ਕਿਹੜੀ ਖੋਦੀ ਰੇੜੀ ਏ ਮੈਂ ਨਾ ਇਹ ਜਿਹੜਾ ਅਸੀਂ ਗੱਡੀ ਦਾ ਜ਼ੋਰ ਲਵਾਉਂਦੇ ਆ ਟਰੈਕਟਰ ਛਿੱਕਦੇ ਆ ਇਹਦੇ ਨਾਲ ਜਿਵੇਂ ਵਾਹ ਵੇਲੇ ਤੁਰਕੀ ਵਾਲੇ ਮਿਸਤਰੀ ਜਿਹੜਾ ਕਰ ਦਿੱਤੀ ਕੰਮ ਸਟਾਰਟ ਅਤੇ ਲੈਦਰ ਜਿਹੜਾ ਬਿਲਕੁਲ ਫਰਕ ਆ ਚੈੱਕ ਕਰ ਲਓ ਆ ਹੁੰਦੇ ਸੀ ਲੈਦਰ ਜਿਹੜੇ ਹੋਏ ਪਏ ਖਰਾਬ ਹੋ ਜੇ ਦੀ ਵਜ੍ਹਾ ਤੋਂ ਨਾ ਹੀ ਚੱਲਦੀ ਟੁੱਟ ਗਏ ਦੇ ਚਲੋ ਬਾਕੀ ਸਹੀ ਹੈ ਬਾਕੀ ਜਿਹੜਾ ਸਾਰਾ ਕੰਮ ਸਹੀ ਹੈ ਲੈਦਰ ਖਰਾਬ ਜਿਹਦੀ ਟੈਂਸ਼ ਆਈ ਉਹੀ ਕੰਮ ਹੋ ਗਿਆ ਇਹਦਾ ਲੈਦਰ ਖਰਾਬ ਹੋਏ ਉਹਨੇ ਭਾਈ ਸਾਹਿਬ ਜ਼ੋਰ ਪਾਇਆ ਅਤੇ ਉਹ ਜਿਹੜਾ ਚਿਮਟਾ ਉਹ ਵੀ ਤਰੁੱਟ ਗਿਆ ਇੱਦਾਂ ਹੀ ਹੈ ਨਾ ਬਿਲਕੁਲ ਸਾਨੂੰ ਵੀ ਥੋੜ੍ਹਾ ਬੜਾ ਪਤਾ ਹੀ ਹੈ ਇਹਦਾ ਸਕੂਟਰਾਂ ਦੇ ਬਾਰੇ ਇਹ ਨਹੀਂ ਹੁਣ ਜੁੜਨੇ ਲੈ ਵੀ ਆਹ ਚੈੱਕ ਕਰ ਲਓ ਆਹ ਟੁੱਟੇ ਹੈ ਇਹਦੇ ਥੋੜ੍ਹਾ ਜ਼ੂਮ ਕਰਕੇ ਤੁਹਾਨੂੰ ਵਿਖਾ ਦਿੰਦਾ ਉਹ ਵੇਖ ਲਓ ਅਤੇ ਨਾਲੇ ਜਿਹੜੀਆਂ ਇਹਦੀਆਂ ਆਹ ਉੱਤੇ ਹੁੰਦੀਆਂ ਨੇ ਕੀ ਟੂਪਾਂ ਉਹ ਹੋ ਗਈਆਂ ਨੇ ਖਰਾਬ ਰਬਟਾਂ ਰਬਟਾਂ ਵੀ ਖਰਾਬ ਹੋ ਗਈਆਂ ਨੇ ਅਤੇ ਚਲੋ ਕੋਈ ਨਹੀਂ ਹੁਣ ਜਿਹੜਾ ਗਾਰ ਵਾਲੇ ਕਿਹਾ ਕਿ ਬਣਵਾਉਣਾ ਹੈ ਅਤੇ ਫਿਰ ਲੈ ਕੇ ਜਸਾ ਮਿਸਤਰੀ ਕੋਲ ਇੱਦਾਂ ਨਹੀਂ ਅਸੀਂ ਲੈ ਕੇ ਜਾਣਾ ਕਿਉਂਕਿ ਇੱਦਾਂ ਮੁੜ ਪੱਲਿਓ ਪੈਸੇ ਲੱਗਣੇ ਨੇ ਅਤੇ ਹੁਣ ਜਿਹੜਾ ਸਮਾਨ ਸਾਰਾ ਇਕੱਠਾ ਕਰਕੇ ਰੱਖ ਦਿੱਤੇ ਹਾਂ ਖੋਲ੍ਹ ਕੇ ਰੱਖ ਦਿੱਤੀ ਸਕੂਟਰੀ ਨਹੀਂ 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 ਉਹ ਨਹੀਂ ਖੋਲ੍ਹਣੀ ਆਏ ਹਾਏ ਮੈਂ ਨਾ ਆਲੂਆਂ ਦੀ ਰੋਟੀ ਪੱਕੀ ਮੈਂ ਨਾ ਕਮਾਲ ਦੀ ਚੈੱਕ ਕਰ ਲਿਆ ਹਾਏ ਅਤੇ ਬਾਈ ਸਾਹਿਬ ਤੁਸੀਂ ਖਾਣੀ ਕਹੋ ਤਿਆਰ ਬਿਸਮਿਲ੍ਲਾ ਪਹਿਲੇ ਜਾਣਾ ਮੈਂ ਰੋਟੀ ਕਿਹਾ ਕਿ ਲੈ ਕੇ ਆ ਅਤੇ ਪਹਿਲੇ ਜਾਣਾ ਖਾਣ ਲੱਗ ਗਿਆ ਇਹਦਾ ਅਤੇ ਚੈੱਕ ਕਰਨਾ ਕਿ ਸਵਾਦੀ ਪੱਕੀ ਹੈ ਕਿ ਨਹੀਂ ਟੁੱਟ ਜਾ ਟੁੱਟ ਜਾ ਮਜ਼ੇਦਾਰ ਮਜ਼ੇਦਾਰ ਖਾਣੀ ਰਲ ਕੇ ਖਾ ਲੈਂਦੇ ਹਾਂ ਚਲੋ ਅੱਜ ਜਾਣਾ ਖਰਾਬ ਹੈ ਉਹ ਬੰਦੇ ਹੀ ਖਰਾਬ ਹੈ ਸਾਰਾ ਮੈਨੂੰ ਲੱਗਦਾ ਇਹਦਾ ਅਤੇ ਮੂੰਹ ਨਹੀਂ ਖਰਾਬ ਸਾਰਾ ਬੰਦਾ ਖਰਾਬ ਹੈ ਯਾਰ ਮੈਂ ਵੀ ਖਾਣੇ ਨੇ ਲੈ ਹੈ ਨਹੀਂ ਪੈਸੇ ਪੈਸੇ ਤਾਂ ਤੇਰੇ ਕੋਲ ਬਹੁਤ ਜ਼ਿਆਦਾ ਪੈਸੇ ਹਨ ਤੇਰੇ ਕੋਲ ਅਤੇ ਆਲੂ ਛੋਲੇ ਖਾਓ ਜ਼ਿੰਦਗੀ ਬਣਾਓ ਜਿੰਦ ਬਣਾਓ ਆਪਣੀ ਮੈਂ ਨਾ ਵੀ ਤੁਸੀਂ ਜਿੰਨਾ ਮਜੂਨ ਬਣਾਉਂਦੇ ਆ ਇਹ ਆਲੂ ਛੋਲੇ ਖਾਧੇ ਕਰੋ ਇਹ ਬੱਚਾ ਜਿੰਨਾ ਆਲੂ ਛੋਲੇ ਨਿਸਰੀ ਨਿਸਰੀ ਅਤੇ ਅਲਹਮਦੁਲਿਲਾ ਭਾਈ ਜਾਨ ਜਿੰਨਾ ਆਲੂ ਛੋਲੇ ਲੈ ਨੇ ਅਤੇ ਇੱਕ ਚਿਮਚਾ ਚੈੱਕ ਕਰਾ ਕੇ ਮੈਨੂੰ ਸਵਾਦੀ ਲੱਗੇ ਅਤੇ ਫਿਰ ਮੈਂ ਮਿਲੇ ਸੀ ਆਲੂ ਛੋਲੇ ਲੈਣੇ ਕੀ ਛੇ ਲੈਣੇ ਪੁੱਤਰ ਜ਼ਬਰਦਸਤ ਯਾਰ ਮੈਨੂੰ ਵੀ ਦੱਸਾਂ ਦੇ ਘਰ ਅਤੇ ਆਲੂ ਛੋਲੇ ਬੜੇ ਜ਼ਬਰਦਸਤ ਨੇ ਲੈ ਵੀ ਬਾਈ ਸਾਹਿਬ ਆਲੂ ਛੋਲੇ ਕਿਵੇਂ ਜਿੰਨਾ ਕਿਵੇਂ ਬਣਦੇ ਨੇ ਉਹ ਤੁਹਾਨੂੰ ਵਿਖਾ ਰਹੇ ਹਾਂ ਕਿ ਪਹਿਲੇ ਜਿੰਨਾ ਚਾੜਨੀ ਹੁਣ ਤਾਂ ਚਾੜ ਗਈ ਬਣ ਚੁੱਕਿਆ ਮਸਾਲਾ ਸਾਰਾ ਕੁਝ ਅਤੇ ਆਓ ਤੁਸੀਂ ਬਿਸਮਿਲ੍ਲਾ ਖਾਣੇ ਹੋਣ ਭਾਈ ਜਾਨ ਆ ਜਾਓ ਹੁਣ ਨਹੀਂ ਕਿਉਂਕਿ ਜਿੰਨਾ ਹੁਣ ਮੈਂ ਇਕੱਲੇ ਹੀ ਖਾਣੇ ਨੇ ਕਿਉਂਕਿ ਮੈਨੂੰ ਭੁੱਖ ਜ਼ਿਆਦਾ ਲੱਗੀ ਖਲੋਤੀ ਹੈ ਨਹੀਂ ਪਰੌਠਾ ਮੈਂ ਨਹੀਂ ਖਾਧਾ ਅੱਛਾ ਇੱਕ ਚਿਮਚਾ ਲੈਣਾ ਜਿੰਨੇ ਮੈਂ ਇੱਕ ਹੀ ਚਿਮਚਾ ਤੇਰਾ ਲਿਆ ਬਸ ਉਹ ਉਹ ਆਲੂ ਲੈ ਗਿਆ ਸਾਰੇ ਜੋ ਬੜਾ ਭੁੱਖਾ ਬੰਦਾ ਇਹਦਾ ਆਲੂ ਸਾਰੇ ਲੈ ਗਿਆ ਇਹਦਾ ਅਤੇ ਹੁਣ ਜਿੰਨਾ ਦਸਾਂ ਦੇ ਖਾਂਦੇ ਉਸ ਤੋਂ ਬਾਅਦ ਚੰਗੇ ਲੱਗੇ ਫਿਰ ਦਸਾਂ ਦੇ ਕਰਾਉਂਦੇ ਹਾਂ ਅਜੇ ਬਾਈ ਇੱਥੇ ਖਲੋਤਾ ਤੁਹਾਨੂੰ ਮੈਂ ਦਿੰਦਾ ਹੁਣ ਲੈ ਵੀ ਬਾਈ ਜਾਨ ਬਹੁਤ ਹੀ ਅੱਛੇ ਨੇ ਅਤੇ ਮੈਂ ਇੱਕ ਹੀ ਖੋਲੀ ਖਾ ਕੇ ਜਾਣਾ ਰੱਜ ਚੁੱਕਿਆ ਅਤੇ ਹੁਣ ਜਾਣਾ ਪੇਮੈਂਟ ਕਰਨੇ ਆ ਇਹਦੇ ਦਸਾਂ ਦਾ ਮੈਂ ਨਾ ਡਿੱਢ ਫਰੀ ਜਾਂਦਾ ਇੱਕ ਹਿਸਾਬ ਦਾ ਚਲਾ ਲੈ ਵੀ ਆਲੂ ਛੋਲੇ ਖਾ ਲਏ ਅਤੇ ਬਾਈ ਜਾਨ ਜਾ ਰਿਹਾ ਅਤੇ ਹੁਣ ਜਾਣਾ ਮੱਝਾਂ ਨੂੰ ਜਾਣਾ ਪੱਠੇ ਉਹ ਕੁਤਰ ਕੇ ਖਾਏ ਨੇ ਸੁਬਾਹ ਦਾ ਜਾਣਾ ਆਹ ਬੇਈਮਾਨ ਬੰਦਾ ਜਾਣਾ ਖਾਣ ਪੀਣ 'ਤੇ ਰਹਿੰਦਾ ਪਿਆ ਕੰਮ ਕਰਨ ਨੂੰ ਜਾਣਾ ਕਰਦੇ ਹੀ ਨਹੀਂ ਪਿਆ ਪਤਾ ਨਹੀਂ ਕੀ ਮਤਲਬ ਤੋਤੀਆਂ ਬੜੀਆਂ ਤੇਜ਼ ਨੇ ਕੋਲ ਕੈਮਰਾ ਲੈ ਕੇ ਜਾਓ ਵੱਜਣ ਲੱਗ ਜਾਂਦੀਆਂ ਨੇ ਉਹ ਉੱਡਣ ਲੱਗ ਜਾਂਦੀਆਂ
बाकी सब डर जाते डर गया मैं लगता हूँ इन डरने डर जा नहीं डरदा है बड़ा भी डेट बंदा ए बाकी सब डरते ने यह नहीं डरदा पा इन की मसला है मैं लगता इन कैप्सूल जरना देवन आला है बाकी वेखो कोल जावे तो डर पाते डर लग जाते हैं बाकी क्योंकि वह जरना फीमेल है एक जनू जिन्हों डर नहीं लगता पा वह मेल है बाकी फीमेल है जनानियां फिर डर ही जा बंदे नहीं फिर डरते होंगे आखिया वो बंदा भी डरन लग पाया है हूँ 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 सिरू पानी लग गया है बस बंदे डरन लग पे जनानियां को वक्री गल है हूँ सारे डरन लग पे ने ले भी दाढ़ी जड़ना मेरी वड्डी वड्डी होगी है तो इन जड़ना शेप वो करवानी है मैं तो चल जान जा रहा थोनू पता ही है मैं दोस्ती जो दोवें जाने क्योंकि जड़ना फिर उन्हें भी शेप करवानी है मैं भी तो मैं हूँ आख्या कि जड़ना वड्डी वड्डी होगी है तो करवाने जाके तो वह बस मिल जाए वो दुकान से अक्सर को नहीं हों क्योंकि वह लोगों के जड़ना उतले काम नहीं करता है तो वह दुकान के घट ही पा तो दुआ करो जी लभ जाए लभ गया तो फिर बल्ले बल्ले ना लभा तो फिर वापस चले मिंट लगता नहीं खोल दई सिर बल्ली हाँ फिर सुना पप्पू लग रहे हैं कमेंट में जरूर दसा कि दाढ़ी दूड़ी कटा के ना यार दाढ़ी सही लगती है कि या शेप सही लगती है ये तुसी ना मैं जरूर दसना एदा कमाल दी जना शेप हुई है दी ते हुन जा रहे हैं घर वापस कामू ओ कामी आई चातला करो यार ओ रामरा करो इन कर काम आते ठंडा हो गया नहीं का कम कुछ होया तू तो ना कर फारा थला फारा ला थला फारा थला शाम तक जन नाश्ता आ चुकिया है चावल ते नाले आलू आलू भाई साहब जन्ना इन्नी जिंद नहीं छंडी साड़ी ते बाकी एक लत्त वाली जन मेरे को ऐनक है ते कमेंट पे दसना कि चंगी लगती पी है मैं जन्ना ऐनक ला के मैं क्या चलो जन्ना रोटी खा के बहने किवें दी लगती है ते चलो बुरकी लाने है भी काली ऐनक ये ना हो मैं जन्ना उधर मेरे को पानी भी पिया ना ये ना हो चिमचे पानी पानी दे जन्ना भर भर के पीती रखा मैं भी थानू मशवरा दिता पाया कि यह जन्ना ऐनक य ला के रोटी खाधी करो मैं ना क्या मज़ा देसी थानू हूँ मैं जो खा रहा ना बहुत मज़ा आ रहा है तो बाकी जन्ना मैं कमेंट में जरूर दसना कि ऐनक ठीक लग रही है ऐनक ठीक मैं एक चंकी ऐनक ला के जन्ना उन्हें वीडियो बना सक सा जो तुम दसिया मैनू कि यार दसिया भी करोगे यार ये मैं ऐनक सही लगती तो हूँ जन्ना ये अमेरिका भी आई है तो इन लुका के रख छे ये ना हो नज़र लग जाए अपने जिब शरीर बच्चे गतने तो मैं खाना जन्ना थोड़ा जहा फिनिश कर लव तो फिर गल बात होंगी थोड़े जी तो भाई साहब अज का जन्ना व्लॉग इन्ना को वीडियो चंगी लगी शेयर एंड लाइक एंड सबसक्राइब जो करना तो मैं रात ही जन्ना ऐनक उत्थे ला के सुता तो मेरी जन्ना ऐनक वो टुट गई है तो हम लभनी है पता नहीं कितने पई हुई है तो चलो कोई नहीं तो अद्धा ब्लॉग इन्हों को वीडियो चंगी लगी शेयर एंड लाइक एंड सबसक्राइब जो करना तो दो याद रखना अल्लाह हाफिज़।